ਸਬਸਿਕਲ ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਕੈਨੇਡਾ ਦੀਆਂ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਜਿਸ ਤਰ੍ਹਾਂ ਦੇ ਨਾਲ ਮੰਦਰ ਦੇ ਉੱਤੇ ਹਮਲਾ ਜਿਹੜਾ ਕੀਤਾ ਗਿਆ ਗੱਲਬਾਤ ਕਰ ਲੈਨੇ ਸਾਡੇ ਨਾਲ ਹਿੰਦੂ ਤਖਤ ਤੋਂ ਬੀਜੇ ਬਾਰਦਵਾਜ ਜੀ ਨੇ ਗੱਲ ਕਰ ਲੈਨੇ ਪੰਜਾਬ ਦੇ ਦੇਖਸ਼ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਹਿਲਾਂ ਵੀ ਮਾਹੌਲ ਖਰਾਬ ਹੋਇਆ ਕੁਝ ਮਹੀਨੇ ਪਹਿਲਾਂ ਦੀਆਂ ਤਸਵੀਰਾਂ ਸਿਗੀਆਂ ਟੋਲ ਫਰੀ ਨੰਬਰ ਤੁਸੀਂ ਜਾਰੀ ਕੀਤਾ ਸੀ ਹੁਣ ਮੁੜ ਤੋਂ ਤਸਵੀਰਾਂ ਤੁਸੀਂ ਵੀ ਕੈਨੇਡਾ ਦੀਆਂ ਦੇਖੀਆਂ ਹੋਣਗੀਆਂ ਕਿਸ ਤਰ੍ਹਾਂ ਦੇ ਨਾਲ ਉਧਰ ਲੜਾਈ ਝਗੜਾ ਹੋਇਆ ਹਮਲਾ ਤੱਕ ਕੀਤਾ ਗਿਆ ਇਹ ਸਾਰੀਆਂ ਤਸਵੀਰਾਂ ਨੂੰ ਲੈ ਕੇ ਕੀ ਲੱਗਦਾ ਇਹਦੇ ਪਿੱਛੇ ਕੌਣ ਆ ਮਨਸ਼ਾ ਕੀ ਹੈਗੀ ਆਖਰ ਦੇਖੋ ਜਿਸਲੇ ਇਹਨਾਂ ਨੇ ਪਹਿਲਾਂ ਇੱਕ ਕੰਮ ਕੀਤਾ ਸੀਗਾ ਜਿੱਲੇ ਇੱਕ ਇੱਕ ਅਤੰਕਵਾਦੀ ਜਿਹੜਾ ਪੰਜਾਬ ਦੇ ਵਿੱਚ ਅਤੰਕਵਾਦ ਕਰਕੇ ਗਿਆ ਜਿਹਦੇ ਪਿੱਛੇ ਐਨਆਈਏ ਦੇ ਕੋਲ ਬੜੇ ਵੱਡੇ ਸਬੂਤ ਸੀਗੇ ਉਹ ਰੋਪੇਸ਼ ਬਦਲ ਕੇ Hindu ਦਾ ਪੇਸ਼ ਬਣਾ ਕੇ ਕਲੀਨ ਸ਼ੇਵਨ ਹੋ ਕੇ ਇੱਥੋਂ ਹਿੰਦੁਸਤਾਨ ਚੋਂ ਭੱਜ ਗਿਆ ਨਿੱਜਰ ਉਹਦੀ ਕਹਨੇ ਹੱਤਿਆ ਕੀਤੀ ਕਿਉਂ ਹੱਤਿਆ ਕੀਤੀ ਇਹ ਦੁਨੀਆ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਕਿਦਾਂ ਸਿੱਖਾਂ ਦੇ ਗੈਂਗ ਕੰਮ ਕਰਦੇ ਪਏ ਆ ਗੁਰਦੁਆਰਿਆਂ ਤੇ ਕਬਜ਼ੇ ਕਰਦੇ ਪਏ ਆ ਹੋਰ ਕੋਈ ਇਹ ਲੋਕ ਕੰਮ ਨਹੀਂ ਕਰਦੇ ਸਿਰਫ ਗੁਰਦੁਆਰਿਆਂ ਦੀਆਂ ਜਿਹੜੀਆਂ ਗੋਲਕਾਂ ਦੇ ਜਿਹੜੇ ਪੈਸੇ ਆ ਉਹਨਾਂ ਦੇ ਪਿੱਛੇ ਕਿਦਾਂ ਲੜਾਈਆਂ ਚੱਲਦੀਆਂ ਪਈਆਂ ਔਰ ਇੱਕ ਇਹਨਾਂ ਨੇ ਹੋਰ ਤੰਦਾ ਕੀਤਾ ਹੋਇਆ ਜਿਹੜੇ ਖਾਲਿਸਤਾਨ ਦੀ ਮੂਵਮੈਂਟ ਚਲਾ ਰਹੇ ਆ ਕੈਨੇਡਾ ਦੇ ਵਿੱਚੋਂ ਖਾਸ ਕਰ ਇਹ ਲੋਗ ਆਮ ਜਨਤਾ ਨੂੰ ਕਿਉਂਕਿ ਉੱਥੇ ਪੰਜਾਬੀ ਬਹੁਤ ਜ਼ਿਆਦੇ ਗਏ ਆ ਸਿੱਖ ਕਮਿਊਨਿਟੀ ਬਹੁਤ ਜ਼ਿਆਦੀ ਹੈ ਉਹਨਾਂ ਨੂੰ ਦਬਾਅ ਪਾ ਕੇ ਉਹਨਾਂ ਤੋਂ ਪੈਸੇ ਇਕੱਠੇ ਕਰਦੇ ਆ ਬੜਾ ਵੱਡਾ ਰੈਕਟ ਕੰਮ ਕਰਦਾ ਪਿਆ ਔਰ ਉਸ ਰੈਕਟ ਦੇ ਪਿੱਛੇ ਵਿਦੇਸ਼ੀ ਏਜੰਸੀਆਂ ਕੰਮ ਕਰਦੀਆਂ ਪਾਕਿਸਤਾਨ ਦੀਆਂ ਏਜੰਸੀਆਂ ਕੰਮ ਕਰਦੀਆਂ ਪਈ ਹੋਰ ਬੜੀਆਂ ਵੱਡੇ ਵੱਡੇ ਏਜੰਸੀਜ਼ ਹੈ ਜਿਹੜੀਆਂ ਇਹਨਾਂ ਨੂੰ ਸ਼ਹਿ ਦਿੰਦੀਆਂ ਪਈਆਂ ਉਸ ਲਈ ਵੀ ਜਿਹੜੇ ਘਟਨਾ ਘਟੀ ਸੀਗੀ ਇਹਨਾਂ ਨੇ ਜਿਹੜਾ ਆਪਣੇ ਆਪ ਨੂੰ ਖਾਲਸਾ ਦਾ ਪੰਨੂ ਸਮਝਦਾ ক্লিন ਸ਼ੇਵਨ ਉਹ ਵੀ ਇਦਾਂ ਦਾ ਹੀ ਆ ਨਾ ਉਹਦਾ ਸਿੱਖ ਭੇਜ ਪੂਛਾ ਨਾ ਲੈਣਾ ਨਾ ਦੇਣਾ ਉਹਨੇ ਵੀ ਜਿਸ ਤਰੀਕੇ ਦੇ ਨਾਲ ਹਿੰਦੂਆਂ ਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਵਾਸਤੇ ਕੀਤੀ ਗੱਲ ਤੇ ਸਾਡੇ ਜਿਹੜੇ ਹਿੰਦੂ ਪਰਿਵਾਰ ਸੀਗੇ ਉਹ ਬੜੀ ਚਿੰਤਾ ਦੇ ਵਿੱਚ ਆ ਗਏ ਸੀਗੇ ਮਾਪੇ ਬੜੇ ਪਰੇਸ਼ਾਨ ਹੋ ਗਏ ਕਿ ਛੋਟੇ ਛੋਟੇ ਬੱਚੇ ਉੱਥੇ ਪੜਨ ਵਾਸਤੇ ਗਏ ਹੋਏ ਆ ਤੇ ਅਸੀਂ ਉਸ ਲਈ ਟੋਲ ਫਰੀ ਨੰਬਰ ਜਾਰੀ ਕੀਤਾ ਸੀਗਾ इवन ਅਸੀਂ ਯੂਨਾਈਟਿਡ ਨੇਸ਼ਨ ਨੂੰ ਚਿੱਠੀ ਭਾਈ ਸੀਗੀ ਉਹਦੇ ਵਿੱਚ ਇਹ ਗੱਲ ਕਹੀ ਸੀਗੀ ਕਿਉਂਕਿ ਜਿਹੜੀ ਟਰੂਡੋ ਸਰਕਾਰ ਹੈ ਇਹ ਖਾਲਿਸਤਾਨ ਦੀ ਸਪੋਰਟ ਦੇ ਨਾਲ ਚੱਲਦੀ ਪਈ ਹੈ ਕਿਉਂਕਿ 27 28 ਜਿਹੜੇ ਮੈਂਬਰ ਆਫ ਪਾਰਲੀਮੈਂਟ ਹੈ ਉਹ ਟਰੂਡੋ ਸਰਕਾਰ ਨੂੰ ਸਪੋਰਟ ਕਰਦੇ ਜੇ ਉਹ ਸਪੋਰਟ ਵਿਡਰਾ ਕਰ ਲੈਂਦੇ ਆ ਤੇ ਟਰੂਡੋ ਦੀ ਸਰਕਾਰ ਰਹੇਗੀ ਨਹੀਂ ਬਸ ਆਖੇ ਤੇ ਚੱਲਣ ਵਾਲੀ ਸਰਕਾਰ ਹੈ ਉਹ ਜਿੱਦਾਂ ਉਹ ਕਹਿੰਦੇ ਆ ਪ੍ਰੈਸ਼ਰ ਪਾਉਂਦੇ ਪਿਆ ਟਰੂਡੋ ਉਸਰੇ ਕਰਦਾ ਪਿਆ ਇਸ ਕਰਕੇ ਉਹਨੇ ਜਿਹੜਾ ਇੱਕ ਹਿੰਦੁਸਤਾਨ ਦੀ ਗਵਰਨਮੈਂਟ ਦੇ ਉੱਤੇ ਅਲੀਗੇਸ਼ਨ ਲਗਾਇਆ ਉਹ ਦੁਨੀਆ ਨੂੰ ਪਤਾ ਹੈ ਵੀ ਬਾਰ ਬਾਰ ਭਾਰਤ ਸਰਕਾਰ ਸਬੂਤ ਮੰਗਦੀ ਪਈ ਪਰ ਸਬੂਤ ਨਹੀਂ ਦੇ ਪਾਰੇ ਗਲਤ ਗਲਤ ਗੱਲਾਂ ਆਪਣੀ ਇਨਵੈਸਟੀਗੇਸ਼ਨ ਦੱਸਦੇ ਪਰ ਸਬੂਤ ਨਹੀਂ ਦੇ ਪਾਰੇ ਅਸੀਂ ਉਸ ਲਈ ਵੀ ਯੂਨਾਈਟਿਡ ਨੇਸ਼ਨ ਨੂੰ ਕਿਹਾ ਸੀਗਾ ਵੀ ਸਾਡੇ ਜਿਹੜੇ ਹਿੰਦੂ ਹੈ ਖਾਸ ਕਰ ਜਿਹੜੇ ਕੈਨੇਡਾ ਚ ਬਸਦੇ ਪਏ ਹੈ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਰੱਖਿਆ ਉਹ ਟਰੂਡੋ ਨਹੀਂ ਕਰ ਪਾਏਗਾ ਇਸ ਕਰਕੇ ਯੂਨਾਈਟਿਡ ਨੇਸ਼ਨਜ਼ ਉੱਤੇ ਦੇਖਣਾ ਚਾਹੀਦਾ ਪਰ ਲੱਗਦਾ ਕਿ ਇਹਦਾ ਅਸਰ ਕੈਨੇਡਾ ਦੀ ਸਿਆਸਤ ਦੇ ਉੱਤੇ ਪੈ ਸਕਦਾ ਕਿਉਂਕਿ ਟਰੂਡੋ ਦਾ ਜਿਸ ਤਰ੍ਹਾਂ ਬਿਆਨਬਾਜ਼ੀ ਆਈ ਲੀਡਰ ਓਪੋਜੀਸ਼ਨ ਬੋਲੇ ਔਰ ਕੀ ਲੱਗਦਾ ਕਿ ਇਹਦੇ ਪਿੱਛੇ ਆਖਰ ਹੈ ਕੌਣ ਕਿਉਂਕਿ ਕਿਹਾ ਜਾ ਰਿਹਾ ਕਿਤਨਾ ਕਿਤੇ ਕੈਨੇਡਾ ਦੀਆਂ ਚੋਣਾਂ ਦੇ ਉੱਤੇ ਵੀ ਇਹਦਾ ਅਸਰ ਪੈ ਸਕਦਾ ਦੇਖੋ ਟਰੂਡੋ ਇੱਕ ਵੈਸੇ ਮੈਂ ਇਹ ਗੱਲ ਕਹਾਂ ਇੱਕ ਤਾਂ ਬੰਦੇ ਹੁੰਦੇ ਨੇ ਨਾ ਦੇਸ਼ ਭਗਤ ਨਾ ਤਾਂ ਦਾ ਪਿਓ ਦੇਸ਼ ਪਸੇਗਾ ਨਾ ਇਹ ਦੇਸ਼ ਪੁੱਛਦਾ ਹੈ ਇਹ ਪਤਾ ਨਹੀਂ ਕੀ ਇਹਨਾਂ ਦੀ ਮਨਸ਼ਾ ਹੈ ਕਿਦਾਂ ਦੇਸ਼ ਨੂੰ ਕਿਦਾਂ ਲੁੱਟਣਾ ਦੇਸ਼ ਦੀ ਜਿਹੜੀ ਉੱਥੇ ਦੀ ਕੈਨੇਡੀਅਨ ਜਿਹੜੇ ਕੈਨੇਡੀਅਨ ਜਨਤਾ ਜਿਹੜੀ ਉੱਥੇ ਦੇ ਕੈਨੇਡਾ ਦੀ ਉੱਥੇ ਦੇ ਵਸਨੀਕ ਹੈ ਪੁਰਾਣੇ ਵਸਨੀਕ ਹੈ ਉਹ ਡੋਦੀ ਇਸ ਪਾਲਸੀ ਤੋਂ ਬੜੇ ਦੁਖੀ ਹੈ ਸਾਰੇ ਜਣੇ ਬੜੇ ਦੁਖੀ ਹੈ ਵੀ ਇਹਨੇ ਭਾਰਤ ਵਰਗੇ ਦੇਸ਼ ਨਾਲ ਜਿੱਥੇ ਬੜੇ ਚੰਗੇ ਸਬੰਧ ਸੀਗੇ ਉਹਦੇ ਨਾਲ ਸਬੰਧ ਖਰਾਬ ਕਰ ਲਿੱਤੇ ਭਾਰਤ ਨੂੰ ਆਪਣਾ ਦੁਸ਼ਮਨ ਦੇਸ਼ ਕਹਿਤਾ ਅਸੀਂ ਇਹ ਕਹਿੰਨੇ ਆਂ ਵੀ ਪਾਕਿਸਤਾਨ ਤਾਂ ਸਾਡਾ ਦੁਸ਼ਮਣ ਦੇਸ ਸੀਗਾ ਕੈਨੇਡਾ ਕਿੱਥੋਂ ਸਾਡਾ ਦੁਸ਼ਮਣ ਦੇਸ ਸੀਗਾ ਅਸੀਂ ਕਿੱਦਾਂ ਦੁਸ਼ਮਣ ਮੰਨ ਗਏ ਉਹਦੇ ਹਿੰਦੁਸਤਾਨ ਕਿੱਦਾਂ ਦੁਸ਼ਮਣ ਮੰਨ ਗਿਆ ਇਹ ਬੜੀ ਗਲਤ ਪੋਲਿਸੀ ਜਿਹੜੀ ਕੈਨੇਡਾ ਦੀ ਰਹੀ ਹੈ ਉਹ ਉਹਦੀ ਵਜ੍ਹਾ ਨਾਲ ਆਮ ਸਮਾਜ ਜਿਹੜਾ ਹੈ ਕੈਨੇਡਾ ਦਾ ਔਰ ਉਹਦੀ ਜਿਹੜੀ ਸਾਨੂੰ ਸੁਣਨ ਜਾਂਦਾ ਪਿਆ ਸਾਡੇ ਬੰਦੇ ਜਿਹੜੇ ਇੰਡੀਅਨ ਬੰਦੇ ਆ ਉਹ ਤਾਂ ਇੰਨੇ VOTING ਦੇ ਅਧਿਕਾਰ ਜਿਹੜਾ ਹੈ ਉਹਨਾਂ ਕੋਲ ਤਾਂ ਹੈ ਹੀ ਹੈ ਉਹ ਨਹੀਂ ਨੇ ਰੱਖਦੇ ਪਰ ਜਿਹੜੀ ਆਮ ਪਬਲਿਕ ਹੈ ਉਹਨਾਂ ਦੀ ਨਜ਼ਰ ਹੈ ਜਿਹੜੀ ਟਰੂਡੋ ਦੀ ਜਿਹੜੀ ਸ਼ਭੀ ਹੈ ਜਿਹੜੀ ਉਹਦੀ ਪਪੂਲਾਰਿਟੀ ਹੈ ਬਹੁਤ ਜਿਆਦਾ ਡੋਨ ਚੱਲਦੀ ਪਈ ਹੈ ਉਹਦਾ ਅਸਰ ਟਰੂਡੋ ਦੇ ਉੱਤੇ ਇਸ ਚੀਜ਼ ਦਾ ਅਸਰ ਪੈਣ ਵਾਲਾ ਔਰ ਜਿਹੜੀ ਉਹਨੇ ਇਹ ਹਰਕਤ ਕੀਤੀ ਹੈ ਭਾਰਤ ਨਾਲ ਜਿਹੜਾ ਪੰਗਾ ਲੇਤਾ ਵੀ ਦੁਸ਼ਮਨ ਦੇਸ਼ ਕਹਿ ਕੇ ਪੰਗਾ ਲੇਤਾ ਉਹ ਆਪਣੇ ਦੇਸ਼ ਦੀ ਇਕਨੋਮੀ ਵੀ ਖਰਾਬ ਕਰੇਗਾ ਔਰ ਉੱਥੇ ਦੀ ਜਨਤਾ ਨੂੰ ਗਲਤ ਰਸਤੇ ਪਾ ਦੇਗਾ ਪਰ ਜਿਸ ਤਰ੍ਹਾਂ ਦੇ ਨਾਲ ਮੰਦਿਰ ਦੇ ਉੱਤੇ ਹਮਲਾ ਕੀਤਾ ਗਿਆ ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ ਮਨਸ਼ਾ ਕੀ ਹੈਗੀ ਆਕਰ ਸਬਸਕ੍ਰਿਪਟਿਡ ਸੀਗਾ ਜਾਂ ਫਿਰ ਰੋਸ਼ ਦੇ ਵਿੱਚ ਆ ਕੇ ਇਦਾਂ ਦਾ ਕੀਤਾ ਗਿਆ ਦੇਖੋ ਤੁਸੀਂ ਦੇਖਿਆ ਹੋਵੇਗਾ ਕਿ ਉਹ ਜਿਹੜੇ ਬੰਦੇ ਗਏ ਆ ਉਹ ਖਾਲਸਾ ਦੇ ਝੰਡੇ ਲੈ ਕੇ ਗਏ ਆ ਖਾਲਸਾ ਦੇ ਨਾਰੇ ਲਗਾਏ ਆ ਇਹ ਉਹੀ ਲੋਕ ਹੈ ਇਹ ਉਹੀ ਲੋਕਾਂ ਦੇ ਬੱਚੇ ਹੈ ਜਿਨ੍ਹਾਂ ਨੇ 1980 ਤੋਂ ਲੈ ਕੇ 1990 ਦੇ ਵਿੱਚ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਂ ਦੇ ਉੱਤੇ 35000 ਹਿੰਦੂਆਂ ਦਾ ਨਸਲ ਕੁਸ਼ੀ ਕੀਤੀ। ਇਹ ਲੋਕ ਜਿਹੜੇ ਹੈ ਇੱਥੋਂ ਹਿੰਦੁਸਤਾਨ ਦੇ ਵਿੱਚੋਂ ਭਾਰਤ ਦੇ ਵਿੱਚੋਂ ਪੇਸ਼ ਬਦਲ ਕੇ ਗਲਤ ਪਾਸਪੋਰਟ ਦੇ ਉੱਤੇ ਇਹ ਉੱਥੇ ਕੈਨੇਡਾ ਦੇ ਵਿੱਚ ਪਹੁੰਚ ਗਏ। ਉਹੀ ਮੈਂਟੈਲਿਟੀ ਲੈ ਕੇ ਜਿਹੜੀ ਹਿੰਦੂਆਂ ਦੇ ਪ੍ਰਤੀ ਨਫ਼ਰਤ ਹੈ ਦੇਖੋ ਮੈਂ ਇਹ ਗੱਲ ਦੁਬਾਰਾ ਕਿੰਨਾ ਵੀ ਖਾਲਿਸਤਾਨ ਦੀ ਅਗਰ ਇਹ ਗੱਲ ਕਰਦੇ ਆ ਇਹਨਾਂ ਨੂੰ ਪੂਰਾ ਰਾਈਟ ਹੈ ਗੱਲ ਕਰਾਂ। ਸਰਕਾਰ ਦੇ ਨਾਲ ਗੱਲ ਕਰਨ ਸਰਕਾਰ ਨਾਲ ਪੰਗਾ ਲੈਣ ਸਰਕਾਰ ਦੇ ਨਾਲ ਪੰਗਾ ਲੈ ਕੇ ਦੇਖਣ ਸਰਕਾਰ ਫੇਰ ਦੱਸੇਗੀ ਵੀ ਹਾਂ ਵੀ ਤੁਸੀਂ ਕੀ ਹੁੰਦੇ ਤੁਸੀਂ ਇਨੋਸੈਂਟ ਹਿੰਦੂਆਂ ਨੂੰ ਅਟੈਕ ਕਰਦੇ ਹੋ ਘਰਾਂ ਚੋਂ ਕੱਢ-ਕੱਢ ਕੇ ਮਾਰਦੇ ਹੋ ਬੱਸਾਂ ਚੋਂ ਕੱਢ-ਕੱਢ ਕੇ ਮਾਰਦੇ ਪਏ ਹੁਣ ਜਿਹੜੀ ਇੰਨੀ ਸ਼ਰਮਨਾ ਘਟਨਾ ਕੀਤੀ ਹੈ ਕੈਨੇਡਾ ਦੇ ਵਿੱਚ ਉੱਥੇ ਆਪਣੇ ਆਪ ਨੂੰ ਮੈਂ ਇਹਨਾਂ ਨੂੰ ਸਿੱਖ ਨਹੀਂ ਕਹਿੰਦਾ ਮੈਂ ਮੈਂ ਸੱਚਾਈ ਦੱਸਦਾ ਜਿਹੜੇ ਖਾਲਿਸਤਾਨੀਆ ਸਿੱਖ ਨਹੀਂ ਹੈ ਇਹ ਬਦਮਾਸ਼ ਗਲਤ ਮੈਂਟੈਲਿਟੀ ਦੇ ਗੁੰਡਾ ਅਸਰ ਲੋਗ ਹੈ ਗੁੰਡੇ ਜਿਹੜੇ ਹੁੰਦੇ ਆ ਉਹ ਕਿਸੇ ਦੀ ਭਾਵਨਾ ਨਾਲ ਨਹੀਂ ਚੱਲਦੇ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਵਿੱਚ ਹੈ ਵੀ ਇਹ ਸਿੱਖਾਂ ਦੇ ਉੱਤੇ ਹੁੰਦਾ ਸੀਗਾ ਵੀ ਹਾਂ ਵੀ ਕਿਤੇ ਕੋਈ ਸਿੱਖ ਖੜਾ ਹੈ ਤੇ ਲੋਕਾਂ ਨੂੰ ਕਹਿੰਦਾ ਸਾਨੂੰ ਸਿਕਿਉਰਟੀ ਫੀਲ ਹੋਏਗੀ ਇਹਨਾਂ ਨੇ ਜਿਸ ਤਰੀਕੇ ਨਾਲ ਜਾ ਕੇ ਉੱਥੇ ਔਰਤਾਂ ਦੇ ਉੱਤੇ ਅਟੈਕ ਕੀਤਾ ਬੱਚਿਆਂ ਤੇ ਅਟੈਕ ਕੀਤਾ ਇਹ ਮਰਦਾਂ ਦਾ ਕੰਮ ਨਹੀਂ ਹੈ ਪਰ ਕੱਲ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਪਰ ਇੱਕ ਤਸਵੀਰ ਦੇ ਵਿੱਚ ਇੱਕ ਬੰਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਮੀਡੀਆ ਦੇ ਸਾਹਮਣੇ ਔਰ ਉਹਨਾਂ ਨੇ ਇਹ ਗੱਲ ਕੀਤੀ ਕਿ ਖਾਲਿਸਤਾਨ ਦੀ ਗੱਲ ਉਹੀ ਕਰਦੇ ਜਿਨ੍ਹਾਂ ਨੇ ਵਾਪਸ ਇੰਡੀਆ ਜਾਂ ਪੰਜਾਬ ਨਹੀਂ ਆਣਾ ਨਹੀਂ ਅਸਲੀਅਤ ਹੈ ਇਹ ਲੋਕ ਜਿਹੜੇ ਐ ਇਹ ਮੈਂ ਤੁਹਾਨੂੰ ਦੱਸਿਆ ਨਾ ਇਹਨਾਂ ਦਾ ਬੜਾ ਵੱਡਾ ਰੈਕਿਟ ਇਹ ਧੰਦਾ ਚੱਲ ਚੁੱਕਾ ਹੋਇਆ ਹੈ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਨੇ ਹੈ ਗੁਰਦੁਆਰਿਆਂ 'ਚ ਕਬਜ਼ੇ ਕਰਨੇ ਹੈ ਗੁਰਦੁਆਰਿਆਂ ਦੇ ਨਾਤੇ ਫੰਡਿੰਗ ਲੈਣੀ ਹੈ ਇਹਨਾਂ ਨੂੰ ਬਹੁਤ ਵੱਡੀ ਫੰਡਿੰਗ ਜਿਹੜੀ ਹੈ ਉਹ ਇਸਲਾਮਿਕ ਦੇਸ਼ਾਂ ਤੋਂ ਇਹਨਾਂ ਨੂੰ ਫੰਡਿੰਗ ਮਿਲਦੀ ਪਈ ਹੈ ਇਸ ਕਰਕੇ ਇਹ ਜਿਹੜਾ ਮੁੱਦਾ ਇਹ ਪਖਾ ਕੇ ਰੱਖਣਾ ਚਾਹੁੰਦੇ ਆ ਔਰ ਇਹ ਸਿਰਫ ਇੰਡੀਅਨ ਮੈਂ ਕਹਿੰਨਾ ਇੰਡੀਅਨ ਗਵਰਨਮੈਂਟ ਨਾਲ ਪੰਗਾ ਲੈਣ ਲੈਣਾ ਹੈ ਪੰਗਾ ਇੰਡੀਅਨ ਗਵਰਨਮੈਂਟ ਸਾਡੇ ਹਿੰਦੂਆਂ ਨਾਲ ਮਤਲਬ ਕੀ ਹੈ ਅਸੀਂ ਕੋ ਇੰਡੀਅਨ ਗਵਰਨਮੈਂਟ ਥੋੜੀ ਹੈ ਤੁਸੀਂ ਸਾਡੇ ਹਿੰਦੂਆਂ ਤੇ ਕਿਉਂ ਅਟੈਕ ਕਰਦੇ ਹੋ ਇਸ ਕਰਕੇ ਸਾਡਾ ਜਿਹੜਾ ਵਿਰੋਧ ਹੈ ਉਹ ਇਹਨਾਂ ਦੀ ਮੈਂਟੈਲਿਟੀ ਤੇ ਹਿੰਦੂਆਂ ਦੇ ਪ੍ਰਤੀ ਨਫ਼ਰਤ ਜਿਹੜੀ ਇਹਨਾਂ ਦੇ ਪ੍ਰਤੀ ਨਫ਼ਰਤ ਹੈ ਅਸੀਂ ਉਹਦਾ ਵਿਰੋਧ ਕਰਕੇ ਅਸੀਂ ਇਹਨਾਂ ਦਾ ਕਰਦਿਆਂ ਖੇਦੀ ਕਰਦੇ ਆ। ਇਹਦੇ ਪਿੱਛੇ ਕੀ ਲੱਗਦਾ ਹੈ ਕਿ ਆਖਰ ਇਸ ਤਸਵੀਰਾਂ ਤੋਂ ਬਾਅਦ ਪੰਜਾਬ ਦੀ ਆ ਫਿਰ ਸਿਆਸਤ ਦੇ ਉੱਤੇ ਔਰ ਪੰਜਾਬ ਦੇ ਮਾਹੌਲ ਦੇ ਉੱਤੇ ਆ ਫਿਰ ਭਾਰਤ ਦੇ ਮਾਹੌਲ ਦੇ ਉੱਤੇ ਕੀ ਅਸਰ ਇਹਦਾ ਪੈਣ ਵਾਲਾ ਦੇਖੋ ਅਸਰ ਇਹ ਪੈਣ ਵਾਲਾ ਹੈ ਕਿ ਪੂਰੇ ਵਰਲਡ ਦੇ ਵਿੱਚ ਜਿਹੜੀ ਇੱਕ ਛਵੀ ਸਿੱਖਾਂ ਦੀ ਛਵੀ ਸੀਗੀ ਇਹ ਉਹ ਛਵੀ ਨੂੰ ਬਦਨਾਮ ਕਰਦੇ ਪਏ ਆ ਲੋਕੀ ਥੂ ਥੂ ਕਰਦੇ ਆ ਲੋਕਾਂ ਨੂੰ ਹੁਣ ਕੋਈ ਚੰਗਾ ਸਿੱਖ ਵੀ ਅਗਰ ਜਾਂਦਾ ਕਿਤੇ ਮਿਲਦਾ ਉਹਨੂੰ ਵੀ ਨਫ਼ਰਤ ਦੀ ਨਜ਼ਰ ਨਾ ਦੇਖਦੇ ਪਏ ਆ ਪੂਰੀ ਦੁਨੀਆ ਦੇ ਵਿੱਚ ਵੀ ਇਹ ਲੋਕ ਜਿਹੜੇ ਆ ਇਹ ਨਫ਼ਰਤ ਫਲਾਨ ਵਾਲੀ ਕੌਮ ਬੰਦੀ ਜਾ ਰਹੀ ਹੈ ਔਰ ਇਹਨਾਂ ਦਾ ਜਿਹੜਾ ਮਨਸੂਬਾ ਹੈ ਜਿਹੜਾ ਇਹਨਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਪਾਕਿਸਤਾਨ ਨੇ ਇੱਕ ਮੂਵਮੈਂਟ ਚਲਾਈ ਸੀਗੀ ਵੀ ਜਿਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਨੂੰ ਅਲੱਗ ਕੀਤਾ ਸੀਗਾ ਉਹੀ ਮੂਵਮੈਂਟ ਖਾਲਸਾ ਦੀ ਮੂਵਮੈਂਟ ਪਾਕਿਸਤਾਨ ਨੇ ਚਲਾਈ ਸੀਗੀ ਵੀ ਜਿਸ ਤਰ੍ਹਾਂ ਪਾਕਿਸਤਾਨ ਦਾ ਹਿੱਸਾ ਤੋੜ ਕੇ ਬੰਗਲਾਦੇਸ਼ ਬਣਾਇਆ ਉਸੇ ਤਿੱਕੇ ਦੇ ਨਾਲ ਹਿੰਦੂਸਤਾਨ ਦੇ ਹਿੱਸੇ ਨੂੰ ਤੋੜ ਕੇ ਖਾਲਸਤਾਨ ਬਣਾਇਆ ਜਾਏਗਾ ਪਾਕਿਸਤਾਨ ਤਾਂ ਪਿੱਛੇ ਹੋ ਗਿਆ ਪਾਕਿਸਤਾਨ ਦੀ ਔਕਾਤ ਨਹੀਂ ਰਹੀ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਗੱਲ ਨਹੀਂ ਬੰਨਣੀ ਹੁਣ ਇਹ ਵਿਦੇਸ਼ਾਂ ਚ ਜਾ ਕੇ ਇਹ ਕੰਮ ਕਰਦੇ ਪਏ ਆ ਮਿਲਣਾ ਇਹਨਾਂ ਨੂੰ ਕੁਝ ਵੀ ਨਹੀਂ ਹੈ ਪਰ ਇਹ ਜਿਹੜੀ ਨਫ਼ਰਤ ਹੈ ਹਿੰਦੂਆਂ ਦੇ ਪ੍ਰਤੀ ਨਫ਼ਰਤ ਹੈ ਇਹਦੇ ਉੱਤੇ ਅਸੀਂ ਸਮਾਜ ਨੂੰ ਸੁਚੇਤ ਕਰਦੇ ਪਏ ਆ ਵੀ ਤੁਸੀਂ ਜਾਗਰੂਕ ਰਹੋ ਔਰ ਇਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਆਪਾਂ ਨੇ ਜੀ ਚੰਡੀਗੜ੍ਹ ਦੇ ਵਿੱਚ ਵੀ ਆਖਰੀ ਸਵਾਲ ਹੈ ਮੇਰਾ ਪ੍ਰੋਟੈਸਟ ਹੋਇਆ ਔਰ ਉਹਦੇ ਵਿੱਚ ਲੇਡੀਜ਼ ਬੱਚੇ ਤੱਕ ਉੱਧਰ ਪਹੁੰਚੇ ਔਰ ਲੇਡੀਜ਼ ਕਨੇ ਇਹ ਤਾਂ ਕਹਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਦਾਂ ਦਾ ਮਾਹੌਲ ਚੱਲਦਾ ਰਿਹਾ ਤਾਂ ਬੱਚਾ ਬੱਚਾ ਸੜਕਾਂ ਤੇ ਆ ਜਾਵੇਗਾ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਹੁਣ ਮੈਂ ਤੁਹਾਨੂੰ ਸੱਚਾਈ ਦੱਸਦਾ ਕਿ ਉਹ ਜਿਹੜੀਆਂ ਗੱਲਾਂ ਅੱਜਕੱਲ੍ਹ ਸੋਸ਼ਲ ਮੀਡੀਆ ਜਿਹੜਾ ਬੜਾ ਜਾਗਰੂਕ ਹੈ ਔਰ ਮੀਡੀਆ ਬੜਾ ਜਾਗਰੂਕ ਹੈ ਮੀਡੀਆ ਦੇ ਵਿੱਚ ਮੰਨ ਦੀ ਗੱਲ ਜਿਹੜੀ ਹੈ ਸਚਾਈ ਸਾਹਮਣੇ ਲੋਕਾਂ ਦੇ ਅੰਦੇ ਪਈ ਹੈ ਲੋਕਾਂ ਨੂੰ ਪਤਾ ਲੱਗਦਾ ਪਿਆ ਵੀ ਸਾਡੇ ਕਮਿਊਨਿਟੀ ਦੇ ਨਾਲ ਕੀ ਹੋ ਰਿਹਾ ਇਸ ਕਰਕੇ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਹੋ ਚੁੱਕੀ ਹੋਈ ਹੈ ਔਰ ਉਹ ਜਾਗਰਤੀ ਜਿਹੜੀ ਹੈ ਜਿਸ ਤਰ੍ਹਾਂ ਕੇ ਦੀਆਂ ਨੇ ਮਨਸ਼ਾ ਹੈ ਉਹਨੂੰ ناکਾਮਯਾਬ ਕਰਨ ਵਾਸਤੇ ਇਹ ਜਿਹੇ ਵੱਡੇ ਵੱਡੇ ਸੰਘਰਸ਼ ਹੋਣਗੇ ਬਿਲਕੁਲ ਆ ਆ ਤਮਾਮ ਗੱਲਬਾਤ ਕੀਤੀ ਔਰ ਕੈਨੇਡਾ ਦੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸ ਨੂੰ ਕਮੈਂਟ ਬਾਕ ਵਿੱਚ